ਫਤਿਹ ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਇਨੀ ਦਿਨੀ ਰਾਗ ਕਾਨੜਾ ਮਹੱਲਾ ਪੰਜਵਾਂ ਕਾਨੜਾ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹਾਂ। ਸੋ ਆਓ ਗੁਰੂ ਸਵਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਓ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹੱਲਾ ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਉ ਚਰਨ ਕਮਲ ਹਿਰਦੈ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਰਾਜ ਧਨ ਪਰਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦੇ ਰਹਾਉ ਵਾਲੇ ਬੰਦ ਨੇ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਵਿਸਰੀ ਸਭ ਚਿੰਦ। ਅਵਲੋਕੋ ਤੋਂ ਭਾਵ ਹੈ ਵੇਖਣਾ, ਮੁਖਾਰ ਬਿੰਦ ਤੋਂ ਭਾਵ ਹੈ ਮੁੱਖ ਤੋਂ ਭਾਵ ਹੁੰਦਾ ਹੈ ਮੁਖੜਾ ਚਿਹਰਾ, ਅਰਬਿੰਦ ਤੋਂ ਭਾਵ ਹੁੰਦਾ ਕਮਲ ਦਾ ਫੁੱਲ। ਸਤਿਗੁਰੂ ਕਹਿੰਦੇ ਨੇ ਕਿ ਅਸੀਂ ਉਸ ਪਰਮਾਤਮਾ ਦਾ ਸੋਹਣਾ ਮੁਖੜਾ, ਕਮਲ ਫੁੱਲ ਵਰਗਾ ਖਿੜਿਆ ਮੁਖੜਾ ਦੇਖ ਰਹੇ ਹਾਂ। ਭਾਵ ਜਿਹੜਾ ਰੱਬ ਪਰਮਾਤਮਾ ਅਦ੍ਰਿਸ਼ ਹੈ, ਅਗੰਮ ਹੈ, ਅਗੋਚਰ ਹੈ, ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਦੀ ਰਹਿਮਤ ਤੋਂ ਬਗੈਰ, ਗੁਰੂ ਦੀ ਰਹਿਮਤ ਤੋਂ ਬਗੈਰ ਜਿਹੜਾ ਦਿਸਦਾ ਨਹੀਂ, ਉਸ ਪਰਮਾਤਮਾ ਨੂੰ ਸਤਿਗੁਰੂ ਕਹਿੰਦੇ ਆ ਕਿ ਅਸੀਂ ਵੇਖ ਰਹੇ ਹਾਂ।
ਅਤੇ ਜੇ ਵੇਖ ਰਹੇ ਹਾਂ ਤਾਂ ਉਸ ਰੱਬ ਦੀ ਪਰਮਾਤਮਾ ਦੀ ਪ੍ਰਾਪਤੀ ਵੀ ਹੋਈ ਹੈ, ਤਾਂ ਹੀ ਵੇਖਿਆ ਜਾ ਰਿਹਾ ਨੇ। ਉਹਨੂੰ ਵੇਖਿਆ ਕਿਵੇਂ? ਸਤਿਗੁਰੂ ਕਹਿੰਦਾ ਕਿ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ। ਗੁਰੂ ਦੇ ਸ਼ਬਦ ਦੇ ਦੁਆਰਾ ਖੋਜਦਿਆਂ ਖੋਜਦਿਆਂ, ਕਿਉਂਕਿ ਜਿਉਂ ਜਿਉਂ ਅਸੀਂ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਇਸ ਖੋਜ ਪ੍ਰਬੀਨ ਤੋਂ ਬਾਅਦ ਰੱਬ ਪਰਮਾਤਮਾ ਦੇ ਨਾਲ ਸੰਬੰਧ ਵੀ ਬਣੇਗਾ ਅਤੇ ਉਹਦੇ ਦਰਸ਼ਨ ਵੀ ਆਉਣਗੇ। ਕਿਸੇ ਵੀ ਚੀਜ਼ ਦੀ ਪ੍ਰਾਪਤੀ ਅਚਾਨਕ ਨਹੀਂ ਹੋ ਜਾਂਦੀ। ਅਸੀਂ ਕੋਈ ਸੰਸਾਰਕ ਵਸਤੂ ਵੀ ਪ੍ਰਾਪਤ ਕਰਨੀ ਹੋਵੇ ਤਾਂ ਪਹਿਲਾਂ ਉਹਦੇ ਬਾਰੇ ਯਤਨ ਕਰਨੇ ਪੈਂਦੇ, ਅਤੇ ਜੇ ਉਹਦੇ ਬਾਰੇ ਯਤਨ ਨਹੀਂ ਕਰਦੇ ਤਾਂ ਉਹਦੀ ਪ੍ਰਾਪਤੀ ਵੀ ਸੰਭਵ ਨਹੀਂ ਹੈ, ਭਾਵ ਨਹੀਂ ਹੋ ਸਕਦੀ। ਕਬੀਰ ਜੀ ਕਹਿੰਦੇ ਆ ਕਿ ਵੇਦ ਕਤੇਵ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਨੇ ਕਿ ਵੇਦ ਕਤੇਵ ਇਸ ਤਰ੍ਹਾਂ ਭਾਵ ਆਪਣੇ ਇਸ਼ਟ ਦੀਆਂ ਵਧਾ ਚੜ੍ਹਾ ਕੇ ਗੱਲਾਂ ਜਿਨ੍ਹਾਂ ਸਰੋਤਾਂ ਵਿੱਚ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਪੜ੍ਹ ਕੇ ਵੀ ਇਨਸਾਨ ਦੇ ਦਿਲ ਦਾ ਫਿਕਰ ਦੂਰ ਨਹੀਂ ਹੁੰਦਾ। ਰੱਬ ਨੂੰ ਮਿਲਣ ਦਾ ਤਾਂ ਖਿਆਲ ਹੀ ਮਨ ਵਿੱਚ ਤਾਂ ਆਊ ਨਾ ਜੇ ਦਿਲ ਦਾ ਫਿਕਰ ਜਾਊਗਾ। ਅਤੇ ਜੇ ਗੱਲਾਂ ਬਹੁਤ ਕਰਦੇ ਹਾਂ ਧਰਮ ਦੀਆਂ ਪਰ ਆਪਣੇ ਅੰਦਰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਆਪਣੇ ਅੰਦਰ ਵੀ ਕਿਤੇ ਨਾ ਕਿਤੇ ਡਰ ਬੈਠਾ ਹੋਇਆ, ਫਿਕਰ ਬੈਠਾ ਹੋਇਆ ਆ, ਤਾਂ ਫਿਰ ਰੱਬ ਦੀ ਪ੍ਰਾਪਤੀ ਜਾਂ ਉਹਦੇ ਦਰਸ਼ਨ ਸੰਭਵ ਨਹੀਂ ਨੇ, ਨਹੀਂ ਹੋ ਸਕਦੇ। ਇਹਦੇ ਤੋਂ ਵੱਖਰਾ ਇੱਕ ਰਸਤਾ ਹੈ ਜਿਹੜਾ ਕਬੀਰ ਜੀ ਕਹਿੰਦੇ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਦਮ ਕਰਾਰੀ ਤੋਂ ਭਾਵ ਹੈ ਕਿ ਪਰਮਾਤਮਾ ਵਿੱਚ ਧਿਆਨ ਜੋੜ ਲਿਆ ਜਾਵੇ, ਰਤਾ ਕਿ ਜਿੰਨਾ ਵੀ ਜੁੜ ਜਾਵੇ, ਰਤਾ ਕਿ ਜਿੰਨਾ ਵੀ ਥੋੜ੍ਹਾ ਜਿਤਨਾ ਵੀ ਰੱਬ ਦੇ ਚਰਨਾਂ ਵਿੱਚ ਉਹਦੀ ਯਾਦ ਵਿੱਚ ਧਿਆਨ ਜੁੜ ਜਾਵੇ। ਤਾਂ ਕਹਿੰਦੇ ਨੇ ਕਿ ਖੁਦਾ ਕਿਤੇ ਨਹੀਂ ਗਿਆ, ਰੱਬ ਕਿਤੇ ਨਹੀਂ ਗਿਆ, ਹਾਜ਼ਰ ਹਜ਼ੂਰ ਹੈ, ਹਰ ਵੇਲੇ ਪ੍ਰਤੱਖ ਆ। ਇਸ ਤਰੀਕੇ ਦੇ ਨਾਲ ਰੱਬ ਦੇ ਪਿਆਰੇ, ਪਰਮਾਤਮਾ ਦੇ ਪਿਆਰੇ ਉਸ ਰੱਬ ਦੇ ਦਰਸ਼ਨ ਕਰਦੇ ਆ। ਅਤੇ ਜਿੱਥੋਂ ਤੱਕ ਖੋਜਣ ਦੀ ਗੱਲ ਆਉਂਦੀ ਹੈ, ਗੁਰੂ ਸਾਹਿਬਾਨ, ਭਗਤ ਸਾਹਿਬਾਨ, ਬੇਸ਼ੱਕ ਕਿਸੇ ਗੁਰਸਿੱਖ ਦੀ ਬਾਣੀ ਹੈ ਜਾਂ ਭੱਟ ਸਾਹਿਬਾਨ ਦੀ ਬਾਣੀ ਹੈ, ਵਿਚਾਰਧਾਰਾ ਇੱਕ ਹੀ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਜਿਹੜੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਰ ਰਹੇ ਆ, ਖੋਜਤ ਖੋਜਤ ਰਤਨ ਪਾਇਓ, ਤਾਂ ਉਹ ਖੋਜ ਕਿਵੇਂ ਕਰਨੀ ਆ ਕਬੀਰ ਸਾਹਿਬ ਦੱਸ ਰਿਹਾ। ਕਬੀਰ ਸਾਹਿਬ ਕਹਿੰਦੇ ਆ ਕਿ ਬੰਦੇ ਖੋਜ ਦਿਲ ਹਰ ਰੋਜ਼, ਕਿੱਥੇ ਖੋਜ ਕਰਨੀ? ਜਿਹੜਾ ਰੱਬ ਨੂੰ ਬਾਹਰ ਖੋਜਣ ਵਾਸਤੇ, ਲੱਭਣ ਵਾਸਤੇ ਤੁਰ ਪੈਂਦਾ ਆ, ਉਹਦਾ ਇਲਾਜ ਬੜਾ ਔਖਾ, ਉਹਨੂੰ ਬਚਾਉਣਾ ਬੜਾ ਔਖਾ। ਕਿਉਂਕਿ ਰੱਬ ਪਰਮਾਤਮਾ ਜਿੰਨਾ ਚਿਰ ਉਹਦੀ ਖੋਜ ਅਸੀਂ ਆਪਣੇ ਦਿਲ ਦੇ ਅੰਦਰ ਨਹੀਂ ਕਰਦੇ, ਆਪਣੇ ਅੰਦਰ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਬਾਹਰ ਵੀ ਨਜ਼ਰ ਨਹੀਂ ਆ ਸਕਦਾ, ਉਹਨਾਂ ਚਿਰ ਨਹੀਂ ਦਿਸਣਾ। ਅਤੇ ਜਦੋਂ ਜਿਵੇਂ ਇੱਥੇ ਕਬੀਰ ਜੀ ਕਹਿ ਰਿਹਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਪਰੇਸ਼ਾਨੀਆਂ ਵਿੱਚ ਨਾ ਫਿਰ, ਆਪਣੇ ਦਿਲ ਦੇ ਅੰਦਰ ਝਾਤੀ ਮਾਰ ਕੇ ਵੇਖ, ਅਤੇ ਜਿਹੜੀ ਦੁਨੀਆ ਵਿੱਚ ਤੂੰ ਲੱਭਦਾ ਫਿਰਦਾ ਨਾ ਉਸ ਰੱਬ ਨੂੰ, ਪਰਮਾਤਮਾ ਨੂੰ ਅੰਦਰ ਲੱਭਣ ਤੋਂ ਬਗੈਰ। ਕਹਿੰਦੇ ਨੇ ਕਿ ਇਹ ਜੋ ਦੁਨੀਆ ਸਿਹਰ ਮੇਲਾ ਜਾਦੂਈ ਨਗਰੀ ਹੈ, ਜਿੱਦਾਂ ਕਰਤਵ ਵਿਖਾਉਣ ਵਾਲੇ ਮਦਾਰੀ ਆਦਿ ਸਾਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਖੋਜ ਕਰਕੇ ਵਿਖਾ ਦਿੰਦੇ ਆ,
ਪਰ ਅਸਲ ਵਿੱਚ ਹੁੰਦਾ ਨਹੀਂ ਹੈ। ਇਸ ਜਾਦੂ ਨਗਰੀ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਜਿੱਦਾਂ ਮੀਂਹ ਤੋਂ ਬਾਅਦ ਸਤਰੰਗੀ ਪੀਂਘ ਪੈਂਦੀ ਹੈ, ਜਿਹਨੂੰ ਹਰਜਨ ਦਿਓਰੀ ਵੀ ਕਿਹਾ ਗਿਆ ਹੈ, ਗੰਧਰਵ ਨਗਰ ਵੀ ਕਿਹਾ ਗਿਆ, ਭਾਵ ਹੈ ਵੀ ਹੈ ਅਤੇ ਨਹੀਂ ਵੀ ਹੈ, ਅੱਖਾਂ ਨੂੰ ਦਿਸਦੀ ਵੀ ਹੈ, ਪਰ ਜੇ ਉਹਨੂੰ ਸਤਰੰਗੀ ਪੀਂਘ ਨੂੰ ਹੁਣ ਕੋਈ ਲੱਭਣ ਵਾਸਤੇ ਉਹਦੇ ਨੇੜੇ ਜਾਣਾ ਚਾਹੇ ਤਾਂ ਉਹ ਨਹੀਂ ਹੈ। ਇੱਦਾਂ ਇਹ ਜਾਦੂ ਦੀ ਨਗਰੀ ਹੈ ਜਗਤ, ਤੈਨੂੰ ਦਿਸ ਰਿਹਾ ਆ ਪਰ ਇਹ ਹੈ ਨਹੀਂ। ਕਹਿਣ ਤੋਂ ਭਾਵ ਕਿ ਸਦਾ ਰਹਿਣ ਵਾਲਾ ਨਹੀਂ ਹੈ, ਸਦਾ ਸਥਿਰ ਰਹਿਣ ਵਾਲਾ ਨਹੀਂ, ਨਾਸਵੰਤ ਹੈ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਦਸਤਗੀਰੀ ਤੋਂ ਭਾਵ ਹੁੰਦਾ ਪੱਕਾ ਨਾ ਰਹਿਣ ਵਾਲਾ ਨਹੀਂ ਹੈ, ਪੱਕਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਕਬੀਰ ਜੀ ਵੀ ਕਹਿੰਦੇ ਕਿ ਆਪਣੇ ਦਿਲ ਦੇ ਅੰਦਰ ਖੋਜ ਕਰ ਉਸ ਪਰਮਾਤਮਾ ਦੀ, ਜੇ ਉਸ ਰੱਬ ਦੇ ਪਰਮਾਤਮਾ ਦੇ ਦਰਸ਼ਨ ਕਰਨੇ ਆ। ਅੱਜ ਦੀ ਇਸ ਵਿਚਾਰ ਵਿੱਚ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਕਾਨੜਾ ਮਹੱਲਾ ਪੰਜਵਾਂ, ਅਵਲੋਕੋ ਰਾਮ ਕੋ ਮੁਖਾਰ ਬਿੰਦ। ਮੈਂ ਵੇਖ ਰਿਹਾ ਹਾਂ ਉਸ ਪਰਮਾਤਮਾ ਦਾ ਕੌਲ ਫੁੱਲ ਵਰਗਾ ਖਿੜਿਆ ਹੋਇਆ ਸੋਹਣਾ ਚਿਹਰਾ, ਮੁਖਾਰ ਬਿੰਦ, ਸੋਹਣਾ ਮੁਖੜਾ, ਭਾਵ ਹੁਣ ਚੱਤੇ ਪੈਰ ਰੱਬ ਦਾ ਮੁਖੜਾ ਸੋਹਣਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਹੈ। ਅਵਲੋਕੋ ਰਾਮ ਕੋ ਮੁਖਾਰ ਬਿੰਦ, ਖੋਜਤ ਖੋਜਤ ਰਤਨ ਪਾਇਓ, ਬਿਸਰੀ ਸਭ ਚਿੰਦ ਰਹਾਉ। ਕਹਿੰਦੇ ਨੇ ਕਿ ਖੋਜਦਿਆਂ ਖੋਜਦਿਆਂ ਪਰਮਾਤਮਾ ਦੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੋ ਗਈ। ਜਿਉਂ ਜਿਉਂ ਅਸੀਂ ਖੋਜਿਆ ਨਾ ਉਹਨੂੰ ਗੁਰੂ ਦੇ ਸ਼ਬਦ ਦੇ ਰਾਹੀਂ, ਇਹ ਖੋਜ ਹੀ ਹੈ। ਰੋਜ਼ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨੂੰ ਚੇਤੇ ਕਰਨਾ, ਗੁਰੂ ਦਰਬਾਰ ਵਿੱਚ ਆਉਣਾ, ਹਾਜ਼ਰੀ ਲਵਾਉਣੀ, ਗੁਰੂ ਦੀਆਂ ਵਿਚਾਰਾਂ, ਗੁਰੂ ਕੀ ਬਾਣੀ ਨੂੰ ਸੁਣਨਾ, ਇਹ ਖੋਜ ਹੀ ਹੈ। ਇਸੇ ਖੋਜ ਦੇ ਦੁਆਰਾ ਪਰਮਾਤਮਾ ਦਾ ਨਾਮ ਰਤਨ ਪ੍ਰਾਪਤ ਹੋਣਾ। ਅਤੇ ਜਿਸ ਦੀ ਇਹ ਖੋਜ ਸ਼ੁਰੂ ਹੋ ਗਈ ਨਾ, ਉਹਦਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ। ਜਿਸ ਦਾ ਮਨ ਇਕਾਗਰ ਨਹੀਂ, ਉਹ ਨਾਮ ਰੂਪੀ ਰਤਨ ਵੀ ਪ੍ਰਾਪਤ ਨਹੀਂ ਕਰ ਸਕਦਾ। ਦਰਸ਼ਨ ਹੋਣੇ ਤਾਂ ਬੜੀ ਦੂਰ ਦੀ ਗੱਲ ਹੈ। ਗੁਰਦੇਵ ਕਿਰਪਾ ਕਰਦੇ ਨੇ, ਖੋਜਤ ਖੋਜਤ ਰਤਨ ਪਾਇਓ। ਅਤੇ ਜਦੋਂ ਅਸੀਂ ਖੋਜਦਿਆਂ ਖੋਜਦਿਆਂ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ, ਵਿਸਰੀ ਸਭ ਚਿੰਦ, ਕਹਿੰਦੇ ਨੇ ਕਿ ਸਾਡੀ ਸਾਰੀ ਚਿੰਤਾ ਵਿਸਰ ਗਈ, ਸਾਰੀ ਚਿੰਤਾ ਭੁੱਲ ਗਈ। ਉਹਨਾਂ ਚਿਰ ਸਾਡੀਆਂ ਚਿੰਤਾਵਾਂ ਲਈਆਂ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲਓ, ਕੋਈ ਨਾ ਕੋਈ ਚਿੰਤਾ ਇਨਸਾਨ ਨੂੰ, ਮਨੁੱਖ ਨੂੰ ਘੇਰੀ ਰੱਖਦੀ ਹੈ, ਕਿਉਂਕਿ ਮਨ ਦਾ ਸੁਭਾਅ ਹੀ ਐਸਾ, ਇਹ ਇੱਕ ਖਿਆਲ ਮਨ ਦੇ ਵਿੱਚ ਆਉਂਦਾ, ਉਹਦੇ ਨਾਲ ਹੀ ਪਤਾ ਨਹੀਂ ਕਿਤਨੇ ਕੁ ਖਿਆਲ ਹੋਰ ਆ ਜਾਂਦੇ ਆ, ਫਿਰ ਉਸੇ ਖਿਆਲ ਨੂੰ ਲੈ ਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਪਤਾ ਨਹੀਂ ਅਸੀਂ ਕੀ ਕੁਝ ਸੋਚ ਜਾਂਦੇ ਹਾਂ। ਰੁਕਣ ਦਾ ਨਾਮ ਹੀ ਨਹੀਂ ਲੈਂਦੇ। ਅਤੇ ਜੇ ਪਹਿਲਾਂ ਹੀ ਖਿਆਲ ਰੁਕ ਜਾਵੇ, ਕਈ ਵਾਰਾਂ ਖਿਆਲ ਬਹੁਤਾ ਮਾੜਾ ਆ ਜਾਵੇ ਨਾ, ਤਾਂ ਅਸੀਂ ਉਹਨੂੰ ਬਹੁਤਾ ਨਹੀਂ ਸੋਚਣਾ ਚਾਹੁੰਦੇ, ਉਸੇ ਵੇਲੇ ਹੀ ਉਹਨੂੰ ਰੋਕਣ ਦਾ ਯਤਨ ਕਰਦੇ। ਇਸੇ ਤਰ੍ਹਾਂ ਜਿਹੜੇ ਸਾਡੇ ਮਨ ਦੇ ਵਿੱਚ ਛੋਟੇ ਛੋਟੇ ਖਿਆਲ ਵੀ ਪੈਦਾ ਹੁੰਦੇ ਆ ਨਾ, ਪ੍ਰਗਟ ਹੁੰਦੇ ਆ, ਜੇ ਅਸੀਂ ਉਹਨਾਂ ਨੂੰ ਵੀ ਰੋਕਣਾ ਸ਼ੁਰੂ ਕਰ ਦਈਏ ਤਾਂ ਇਹ ਮਨ ਵੱਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਪਰ ਜਦੋਂ ਅਸੀਂ ਆਪਣੀਆਂ ਸੋਚਾਂ ਦੇ ਵਿੱਚ ਅੱਗੇ ਤੋਂ ਅੱਗੇ ਤੁਰੇ ਜਾਂਦੇ ਹਾਂ ਤਾਂ ਇਹਦੀ ਬੜੀ ਵੱਡੀ ਦੁਨੀਆ ਬਣ ਜਾਂਦੀ ਆ, ਫਿਰ ਇਹਨਾਂ ਨੂੰ ਰੋਕਣਾ ਬੜਾ ਔਖਾ।
ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਇਹ ਚਿੰਤਾ ਹੀ ਸਾਡੀ ਲੈ ਗਈ, ਵਿਸਰ ਗਈ ਚਿੰਤਾ ਸਾਰੀ ਜਿਹੜੀ ਸਾਡੇ ਮਨ ਨੂੰ ਘੇਰੇ ਰੱਖਦੀ ਸੀ, ਕਿਉਂਕਿ ਅਸੀਂ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਦੇ ਹਾਂ। ਹੁਣ ਉਹ ਵਸਤੂ ਪ੍ਰਾਪਤ ਹੋ ਗਈ ਜਿਹਦੇ ਨਾਲ ਮਨ ਖਿੰਡਦਾ ਨਹੀਂ, ਮਨ ਟਿਕ ਜਾਂਦਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਖੋਜਤ ਖੋਜਤ ਰਤਨ ਪਾਇਓ, ਮਿਸਰੀ ਸਭ ਚਿੰਦ ਰਹਾਓ, ਚਰਨ ਕਮਲ ਹਿਰਦੈ ਧਾਰ। ਚਰਨ ਕਮਲ ਪਰਮਾਤਮਾ ਦੇ ਸੁੰਦਰ ਦਰਸ਼ਨ, ਉਹਨਾਂ ਦੇ ਵਚਨ, ਉਹਨਾਂ ਦੇ ਵਚਨਾਂ ਨੂੰ ਹਿਰਦੇ 'ਚ ਵਸਾਉਣਾ, ਰੱਬ ਦੇ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ 'ਚ ਵਸਾਉਣਾ। ਅਤੇ ਜਦੋਂ ਅਸੀਂ ਹਿਰਦੇ ਵਿੱਚ ਧਾਰਨ ਕਰ ਲੈਂਦੇ ਹਾਂ ਪਰਮਾਤਮਾ ਦੇ ਵਚਨਾਂ ਨੂੰ, ਤਾਂ ਉਦੋਂ ਫਿਰ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ। ਕਿਉਂਕਿ ਜਿਵ ਮਨ ਕੀ ਹੈ, ਮਨ ਕੋਈ ਸਰੀਰ ਦਾ ਅੰਗ ਨਹੀਂ ਹੈ। ਜਿੱਦਾਂ ਸਾਡੇ ਅੰਦਰੂਨੀ ਅੰਗ ਨੇ ਸਾਡੇ ਤਨ ਦੇ ਵਿੱਚ, ਇਸ ਤਰੀਕੇ ਦਾ ਮਨ ਨਹੀਂ ਹੈ। ਮਨ ਖਿਆਲਾਂ ਦਾ ਸਮੂਹ ਹੈ, ਵਿਚਾਰਾਂ ਦਾ ਸਮੂਹ, ਇਕੱਠ। ਜਿਹੋ ਜਿਹੇ ਸਾਡੇ ਮਨ ਦੇ ਵਿਚਾਰ ਇਕੱਠੇ ਹੁੰਦੇ ਜਾਂਦੇ ਆ, ਉਹੋ ਜਿਹਾ ਸਾਡਾ ਮਨ ਬਣ ਜਾਂਦਾ। ਜੇ ਵਿਚਾਰ ਰੱਬੀ ਗੁਣਾਂ ਨੂੰ ਧਾਰਨ ਕਰਨ ਵਾਲੇ ਨੇ, ਤਾਂ ਇਹ ਮਨ ਜਿਹੜਾ ਹੈ ਮਿੱਤਰ ਪਿਆਰਾ ਬਣ ਜਾਂਦਾ। ਜਿਹਨੂੰ ਪਰਮਾਤਮਾ ਨੇ ਮਿੱਤਰ ਪਿਆਰਾ ਕਰਕੇ ਵੀ ਗੁਰਬਾਣੀ ਨੇ ਸੰਬੋਧਨ ਕੀਤਾ। ਅਤੇ ਜਦੋਂ ਇਹ ਮਨ ਦੇ ਵਿਚਾਰ ਪਰਮਾਤਮਾ ਤੋਂ ਟੁੱਟੇ ਹੋਇਆਂ ਵਾਲੇ ਹੁੰਦੇ ਆ, ਵਿਸ਼ੇ ਵਿਕਾਰਾਂ ਵਾਲੇ, ਤਾਂ ਇਸ ਮਨ ਨੂੰ ਸਤਿਗੁਰੂ ਨੇ ਕਈ ਹੋਰ ਨਾਮ ਦਿੱਤੇ ਨੇ। ਲੋਭੀ ਵੀ ਕਿਹਾ ਆ, ਇਸ ਮਨ ਨੂੰ ਕੁੱਤਾ ਵੀ ਕਿਹਾ ਆ, ਕਈ ਤਰ੍ਹਾਂ ਦੇ ਨਾਲ ਸੰਬੋਧਨ ਕੀਤਾ। ਹਾਥੀ ਦੀ ਨਿਆਈ ਕਿਹਾ, ਪਤਾ ਨਹੀਂ ਕਿਤਨੇ ਕੁ ਨਾਮ ਗੁਰਬਾਣੀ ਵਿੱਚ ਵਿਗੜੀ ਹੋਈ ਬਿਰਤੀ ਵਾਲੇ ਦੇ ਮਨ ਦੇ ਸਤਿਗੁਰੂ ਪਾਤਸ਼ਾਹੀ ਨੇ ਅੰਕਿਤ ਕੀਤੇ ਆ। ਸੋ ਕਹਿਣ ਤੋਂ ਭਾਵ ਕਿ ਜਿਹੋ ਜਿਹਾ ਸਾਡਾ ਮਨ ਹੈ, ਜਿਹੋ ਜਿਹੇ ਸਾਡੇ ਵਿਚਾਰ ਹਨ, ਉਹੋ ਜਿਹਾ ਸਾਡਾ ਮਨ ਹੈ। ਅਤੇ ਜਿਹੋ ਜਿਹਾ ਮਨ ਬਣ ਗਿਆ, ਉਹੋ ਜਿਹੇ ਸਾਡੇ ਕਰਮ ਬਣ ਜਾਣੇ। ਅਤੇ ਜੇ ਪਰਮਾਤਮਾ ਦੇ ਚਰਨ ਸਾਡੇ ਹਿਰਦੇ ਵਿੱਚ ਮਨ ਵਿੱਚ ਵਸੇ ਹੋਏ ਨੇ, ਤਾਂ ਫਿਰ ਐਸੇ ਵਸੇਬੇ ਵਾਲਾ ਮਨ ਜਿਹੜਾ ਆ, ਇਹਦੇ ਅੰਦਰੋਂ ਭੈੜੇ ਦੁੱਖ ਵੀ ਵਿਸਰ ਜਾਂਦੇ। ਗੁਰਦੇਵ ਬਖਸ਼ਿਸ਼ ਕਰਦੇ ਨੇ, ਚਰਨ ਕਮਲ ਹਿਰਦੈ ਧਾਰ, ਉਤਰਿਆ ਦੁੱਖ ਮੰਦ। ਦੁੱਖ ਮੰਦ ਤੋਂ ਭਾਵ ਹੈ ਭੈੜਾ ਦੁੱਖ। ਇਹ ਦੁੱਖ ਦਾ ਵੀ ਕੋਈ ਇੱਕ ਰੂਪ ਨਹੀਂ ਹੈ। ਆਦ ਵਿਆਦ ਉਪਾਦ ਤਿੰਨ ਤਰ੍ਹਾਂ ਦੇ ਦੁੱਖ ਗਿਣੇ ਗਏ ਆ, ਤਾਪ ਦੁੱਖ। ਇਹ ਦੁੱਖ ਸਾਨੂੰ ਮਾਨਸਿਕ ਪੱਧਰ ਦਾ ਵੀ ਹੋ ਸਕਦਾ ਆ, ਸਰੀਰਕ ਪੱਧਰ ਦਾ ਵੀ ਹੋ ਸਕਦਾ, ਅਤੇ ਸਮਾਜਿਕ ਪੱਧਰ ਦਾ ਵੀ ਹੋ ਸਕਦਾ। ਅਸੀਂ ਆਪਣੇ ਮਾਨਸਿਕ ਮੰਡਲ ਦੇ ਵਿੱਚੋਂ ਦੁਖੀ ਹੋ ਸਕਦੇ ਹਾਂ, ਸੁਰਤ ਮੰਡਲ ਸਾਡਾ ਸੁਰਤ ਦੁਖੀ ਹੋ ਸਕਦੀ ਹੈ, ਸਾਡਾ ਤਨ ਦੁਖੀ ਹੋ ਸਕਦਾ ਸਰੀਰ ਨੂੰ ਦੁੱਖ ਲੱਗਣ ਦੇ ਕਾਰਨ। ਇਸੇ ਤਰ੍ਹਾਂ ਜੇ ਕੋਈ ਸਮਾਜਿਕ ਝਗੜਾ ਕਲੇਸ਼ ਪੈ ਜਾਵੇ, ਤਾਂ ਉਸ ਤਰੀਕੇ ਦਾ ਵੀ ਦੁੱਖ ਸਾਨੂੰ ਵਿਆਪ ਸਕਦਾ। ਅਤੇ ਦੁੱਖ ਨੂੰ ਕਦੇ ਕੋਈ ਚੰਗਾ ਨਹੀਂ ਕਹਿੰਦਾ ਸਤਿਗੁਰੂ ਤੋਂ ਬਗੈਰ। ਸਤਿਗੁਰੂ ਕਹਿੰਦੇ ਆ
ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖ ਵੀ ਦਾਰੂ ਹੈ, ਕਿਉਂਕਿ ਦੁੱਖ ਦੇ ਸਮੇਂ ਦੇ ਵਿੱਚ ਅਸੀਂ ਰੱਬ ਨੂੰ ਪਰਮਾਤਮਾ ਨੂੰ ਵਧੇਰੇ ਚੇਤੇ ਕਰਦੇ ਹਾਂ ਅਤੇ ਦੁੱਖ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੀ ਪਰਮਾਤਮਾ ਦੀ ਮਿਲਣ ਵਾਲੀ ਦਾਤ ਕਿਹਾ ਗੁਰਬਾਣੀ ਦੇ ਵਿੱਚ। ਜਪੁ ਜੀ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾ ਤਾਰ। ਕਿੰਨੇ ਨੇ ਜਿਨ੍ਹਾਂ ਨੂੰ ਦੁੱਖ ਅਤੇ ਭੁੱਖ ਦੀ ਮਾਰ ਵੱਜ ਰਹੀ ਹੈ, ਪਰ ਹੇ ਦਾ ਤਾਰ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ। ਇੱਥੇ ਸਤਿਗੁਰੂ ਸਾਡੀ ਬਿਰਤੀ ਦੇ ਅਨੁਸਾਰ ਦੁੱਖ ਨੂੰ ਮੰਦਾ ਕਹਿ ਰਹੇ ਆ ਕਿ ਜਿਹੜਾ ਮੰਦਾ ਦੁੱਖ ਤੈਨੂੰ ਲੱਗ ਗਿਆ, ਉਹ ਮੰਦਾ ਦੁੱਖ ਜਿਹੜਾ ਆ, ਭੈੜਾ ਦੁੱਖ ਵੀ ਤੇਰਾ ਲੱਥ ਜਾਵੇਗਾ, ਜੇ ਤੂੰ ਪਰਮਾਤਮਾ ਦੇ ਸੋਹਣੇ ਚਰਨ ਕਮਲ ਜਿਹੜੇ ਆ ਬਚਨ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ, ਤੇਰੇ ਅੰਦਰ ਗੁਰਬਾਣੀ ਦੀ ਵਿਚਾਰਧਾਰਾ ਜਿਹੜੀ ਉਹ ਪ੍ਰਬਲ ਹੋਵੇਗੀ, ਤਾਂ ਤੇਰਾ ਇਹ ਮੰਦਾ ਦੁੱਖ ਵੀ ਲੱਥ ਜਾਵੇਗਾ, ਵਰਨਾ ਨਹੀਂ ਲੱਥ ਸਕਦਾ। ਜਿੱਥੋਂ ਤੱਕ ਸਾਡੇ ਮਨ ਦੀ ਗੱਲ ਹੈ, ਭਾਈ ਗੁਰਦਾਸ ਜੀ ਮਨ ਨੂੰ ਮਨ ਨਾਲ ਤੁਲਨਾ ਦਿੰਦੇ ਆ, ਜਿੱਦਾਂ ਤੋਲ ਵਾਲਾ ਮਨ ਹੁੰਦਾ 40 ਕਿਲੋ ਦਾ। ਉਹ ਕਹਿੰਦੇ ਨੇ ਕਿ ਮਨ ਇਕੱਠਾ ਹੋਵੇ ਤਾਂ ਮਨ ਵਰਗਾ ਵਜਨਦਾਰ, ਪਰ ਜੇ ਇਹਦੇ ਹਿੱਸੇ ਹੋ ਜਾਣ ਤਾਂ ਜਿੱਦਾਂ ਮਨ ਦੀਆਂ ਅੱਗੇ ਰੱਤੀਆਂ ਤੱਕ ਚਲਿਆ ਜਾਂਦਾ ਨਾ ਕੰਮ, ਤੋਲ ਛੋਟੇ ਤੋਂ ਛੋਟਾ, ਇਸ ਤਰੀਕੇ ਨਾਲ ਖਿਲਰ ਵੀ ਜਾਂਦਾ ਬੜਾ ਜ਼ਿਆਦਾ, ਇਹਦਾ ਖਿਲਾਰਾ ਵਿਸਥਾਰ ਹੋ ਜਾਂਦਾ। ਅਤੇ ਐਸੇ ਵਿਸਥਾਰ ਵਾਲੇ ਮਨ ਨੂੰ ਆਪਣੀ ਸੁਰਤੀ ਬਿਰਤੀ ਦੇ ਅਨੁਸਾਰ ਵੱਸ ਵਿੱਚ ਕਰਨਾ ਸਾਡੇ ਵਾਸਤੇ ਔਖਾ ਹੋ ਜਾਂਦਾ ਹੈ। ਕਹਿੰਦੇ ਨੇ ਏਕ ਮਨ ਆਠ ਖੰਡ, ਖੰਡ ਖੰਡ ਪਾਂਚ ਟੂਕ, ਟੂਕ ਟੂਕ ਚਾਰ ਫਾਰ, ਫਾਰ ਦੋਏ ਫਾਰ ਹੈ। ਕਹਿੰਦੇ ਨੇ ਕਿ ਇੱਕ ਮਨ ਦੇ ਪਹਿਲੋਂ ਅੱਠ ਖੰਡ ਹੋਏ, ਅੱਠ ਹਿੱਸੇ, ਪੰਜ ਪੰਜ ਸੇਰ ਦੇ, ਅੱਠੂ ਪੰਜਾ 40, ਭਾਵ ਪਹਿਲੋਂ ਮਨ ਜਦੋਂ ਖਿੰਡਣਾ ਸ਼ੁਰੂ ਹੋਇਆ ਤਾਂ ਇੱਦਾਂ ਖਿੰਡਿਆ ਜਿਵੇਂ ਮੋਟੇ ਮੋਟੇ ਭਾਗਾਂ ਦੇ ਵਿੱਚ, ਅਤੇ ਸਾਨੂੰ ਇੱਦਾਂ ਲੱਗਿਆ ਕਿ ਇੰਨੀ ਕੁ ਭਟਕਣਾ ਤਾਂ ਹਰ ਇੱਕ ਦੇ ਮਨ ਨੂੰ ਹੁੰਦੀ ਹੈ, ਪਰੇਸ਼ਾਨੀ ਹੁੰਦੀ ਹੈ, ਇਹਦੇ ਵਿੱਚ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਚਲੋ ਉੱਥੋਂ ਤੱਕ ਵੀ ਅਸੀਂ ਆਪਣੇ ਮਨ ਨੂੰ ਖਿਲਰਨਾ ਇਹਦਾ ਜਾਇਜ਼ ਸਮਝਿਆ। ਫਿਰ ਕਹਿੰਦੇ ਨੇ ਕਿ ਅੱਗੇ ਇਹਦੇ ਪੰਜ ਪੰਜ ਟੁਕੜੇ ਹੋਰ ਹੋ ਗਏ, ਉਹਨਾਂ ਪੰਜਾਂ ਪੰਜਾਂ ਟੁਕੜਿਆਂ ਦੇ ਚਾਰ ਚਾਰ ਫਾੜ ਅੱਗੇ ਹੋਰ ਹੋ ਗਏ, ਅਤੇ ਉਹਨਾਂ ਚੌਂ ਚੌਂ ਫਾੜਾਂ ਦੇ ਦੋ ਦੋ ਫਾੜ ਅੱਗੇ ਹੋਰ ਹੋ ਗਏ। ਜਿਵੇਂ ਕਹਿੰਦੇ ਨੇ ਕਿ ਅੱਠ ਪਸੇਰੀਆਂ ਖੰਡ ਖੰਡ ਹੋ ਗਈਆਂ, ਫਿਰ ਪੰਜ ਪੰਜ ਸੇਰ ਰੂਪ ਹੋ ਗਏ, ਅਤੇ ਪੰਜ ਪੰਜ ਟੁਕੜੇ ਜਿਨ੍ਹਾਂ ਨੂੰ ਪੰਜ ਪੰਜ ਪੁੱਤਰਾਂ ਦਾ ਨਾਮ ਦਿੱਤਾ ਗਿਆ ਕਿ ਮਨ ਦੇ ਪੁੱਤਰ ਪੰਜ ਹੋ ਗਏ, ਅਗਲੇ ਬੰਨੇ ਜਾ ਕੇ ਪੰਜ ਹਿੱਸੇ ਹੋ ਗਏ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇਹਨਾਂ ਪੰਜਾਂ ਦੇ ਅੱਗੇ ਉਹੀ ਟੁਕੜੇ ਨਿਆਰੇ ਬਣ ਕੇ ਫਾੜੀਆਂ ਦੇ ਰੂਪ ਦੇ ਵਿੱਚ ਸਵਾ ਸਵਾ ਸੇਰ ਦੇ ਹੋ ਗਏ, ਭਾਵ ਮਨ ਤੋਂ ਸਵਾ ਸੇਰ ਤੱਕ ਕਿੰਨੇ ਹਿੱਸੇ ਹੋ ਗਏ ਮਨ ਦੇ, ਇੱਕ ਮਨ ਦੇ ਸਵਾ ਸਵਾ ਸੇਰ ਦੇ ਹਿੱਸੇ ਬਣ ਗਏ। ਇਹਦੇ ਤੋਂ ਬਾਅਦ ਸਵਾ ਸੇਰ 'ਤੇ ਵੀ ਕੰਮ ਨਹੀਂ ਟਿਕਿਆ, ਇਹਦੇ ਤੋਂ ਅੱਗੇ ਉਹਦੀਆਂ ਫਾਂਕਾਂ ਕੀਤੀਆਂ ਗਈਆਂ ਢਾਈ ਢਾਈ ਪਾਈਆਂ ਦੀਆਂ, ਸੇਰ ਜਿਹੜਾ ਢਾਈ ਢਾਈ ਪਾਈਆਂ ਦੇ ਬਣ ਗਏ। ਉਹਦੇ ਤੋਂ ਅੱਗੇ
ਇਹਦੇ ਹੋਰ ਵਿਸਥਾਰ ਦੱਸਦੇ ਆ। ਕਹਿੰਦੇ ਨੇ ਕਿ ਤਾਹੂ ਤੇ ਪਾਈਸੇ ਔ ਪਾਈਸਾ ਇੱਕ ਪਾਂਚ ਟਾਂਕ, ਟਾਂਕ ਟਾਂਕ ਮਾਸੇ ਚਾਰ, ਅਣਖ ਪ੍ਰਕਾਰ ਹੈ। ਉਹਦੇ ਪਾਈਸੇ ਬਣ ਗਏ ਅਗਲੇ ਬਣੇ ਜਾ ਕੇ, ਜਿੱਦਾਂ ਪਾਈਆ ਆਪਾਂ ਕਹਿੰਦੇ ਹਾਂ। ਕਹਿੰਦੇ ਨੇ ਕਿ ਇਹਨਾਂ ਢਾਈ ਢਾਈ ਪਾਈਆਂ ਦੇ ਅੱਗੇ ਫਿਰ ਬਣੇ ਪਾਈਸੇ, ਅਤੇ ਪਾਈਸੇ ਜਿਹੜੇ ਆ ਇਹਨਾਂ ਪਾਈਆਂ ਦੇ ਪੰਜ ਪੰਜ ਟਾਂਗ ਭਾਵ ਪੰਜ ਪੰਜ ਟੁਕੜੇ ਹੋਰ ਬਣ ਕੇ ਅੱਗੇ ਸਰਸਾਈਆਂ ਬਣ ਗਈਆਂ, ਅਤੇ ਸਰਸਾਈਆਂ ਜਿਹੜੀਆਂ ਨੇ ਇਹ ਟੁਕੜਿਆਂ 'ਚ ਵੰਡੀਆਂ ਗਈਆਂ। ਉਹਦੇ ਤੋਂ ਬਾਅਦ ਅੱਗੇ ਮਾਸੇ ਬਣ ਗਏ, ਇਹ ਚਾਰ ਚਾਰ ਮਾਸੇ ਹੋ ਗਏ। ਇਹਨਾਂ ਤੋਂ ਅੱਗੇ ਕਹਿੰਦੇ ਆ ਕਿ ਹੋਰ ਟੁਕੜੇ ਹੋਏ ਇਹਦੇ, ਬੇਅੰਤ, ਇੱਥੇ ਕੰਮ ਨਹੀਂ ਰੁਕਿਆ। ਮਾਸਾ ਏਕ ਆਠ ਰਤੀ, ਰਤੀ ਆਠ ਚਾਵਰ ਕੀ। ਕਹਿੰਦੇ ਨੇ ਕਿ ਮਾਸਾ ਅੱਠ ਰੱਤੀਆਂ ਦਾ ਹੁੰਦਾ, ਅਤੇ ਜਿਹੜੀ ਇੱਕ ਰੱਤੀ ਉਹ ਅੱਠਾਂ ਚੌਲਾਂ ਦੀ ਹੁੰਦੀ ਹੈ, ਅਤੇ ਇੱਕ ਚੌਲ ਜਿਹੜਾ ਅੱਠ ਖਸ ਖਸ ਦੇ ਦਾਣਿਆਂ ਜਿੰਨਾ ਹੋ ਜਾਂਦਾ। ਹੁਣ ਸੋਚੋ ਕਿ ਮਨ ਜਿਹੜਾ ਆ ਤੋਲ ਵਾਲੇ ਮਨ ਤੋਂ ਸ਼ੁਰੂ ਹੋਇਆ ਅਤੇ ਖਸ ਖਸ ਦੇ ਅੱਠਾਂ ਦਾਣਿਆਂ ਤੱਕ ਪਹੁੰਚ ਗਿਆ। ਹੁਣ ਕਹਿੰਦੇ ਨੇ ਕਿ ਜੇ ਇੰਨਾ ਜ਼ਿਆਦਾ ਖਿਲਰਿਆ ਹੋਇਆ ਮਨ ਹੈ ਅਤੇ ਇਨਸਾਨ ਚਾਹਵੇ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਇਹਨੂੰ ਵੱਸ ਵਿੱਚ ਕਰ ਲਵਾਂ, ਨਹੀਂ ਕਰ ਸਕਦਾ। ਕਹਿੰਦੇ ਨੇ ਕਿ ਮਾਸਾ ਇੱਕ ਆਠ ਰੱਤੀ, ਰੱਤੀ ਆਠ ਚਾਵਰ ਕੀ। ਜਿਹੜੀ ਰੱਤੀ ਇੱਕ ਅੱਠਾਂ ਚੌਲਾਂ ਦੀ ਹੁੰਦੀ ਹੈ। ਕਹਿੰਦੇ ਨੇ ਕਿ ਫਿਰ ਇਹਨਾਂ ਦਾ ਤੋਲ ਸ਼ੁਰੂ ਹੋਇਆ, ਹਾਟ ਹਾਟ, ਕੰਨ ਕੰਨ, ਤੋਲ ਤੁਲ, ਤੁਲਾ ਧਾਰ ਹੈ। ਕਹਿੰਦੇ ਨੇ ਕਿ ਹੱਟੀ ਹੱਟੀ 'ਤੇ ਫਿਰ ਤੁਲਦੇ ਫਿਰਦੇ ਆ। ਇਸੇ ਤਰ੍ਹਾਂ ਹੀ ਜਿਵੇਂ ਸਾਡਾ ਮਨ ਇੰਨਾ ਬਰੀਕ ਹੋ ਜਾਂਦਾ, ਇੰਨਾ ਖਿੰਡ ਜਾਂਦਾ ਆ ਕਿ ਇਹ ਹੱਟੀ ਹੱਟੀ 'ਤੇ ਤੁਲਣ ਵਾਲੇ ਤੋਲ ਵਰਗਾ ਹੋ ਜਾਂਦਾ ਆ, ਫਿਰ ਇਹਨੂੰ ਵੱਸ ਵਿੱਚ ਕਿਵੇਂ ਕੋਈ ਕਰੇਗਾ। ਕਹਿੰਦੇ ਨੇ ਪੁਰ ਪੁਰ ਪੂਰ ਰਹੇ ਸਗਲ ਸੰਸਾਰ ਵਿਖੈ, ਵੱਸ ਆਵੇ ਕੈਸੇ ਜਾਂਕੂ ਇਤੋਂ ਵਿਸਾਰ ਹੈ। ਕਹਿੰਦੇ ਨੇ ਕਿ ਪੁਰ ਪੁਰ ਭਾਵ ਪੁਰਜਾ ਪੁਰਜਾ ਕਰਕੇ, ਭੋਰਾ ਭੋਰਾ ਕਰਕੇ, ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖ ਹੈ, ਸਾਰੇ ਸੰਸਾਰ ਵਿਖੇ ਇਹ ਮਨ ਖਿੰਡਿਆ ਹੋਇਆ। ਇਹ ਮਨ ਇੱਥੇ ਵੀ ਰਹਿਣਾ ਚਾਹੁੰਦਾ, ਇਹ ਮਨ ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਵੀ ਜਾਣਾ ਚਾਹੁੰਦਾ। ਫੈਲ ਗਿਆ ਨਾ ਸਾਰੇ ਸੰਸਾਰ ਦੇ ਵਿੱਚ, ਜੇ ਉੱਥੇ ਬੈਠਾ ਤਾਂ ਇੱਥੇ ਤੁਰਿਆ ਫਿਰਦਾ। ਭਾਵ ਇਸ ਮਨ ਦਾ ਟਿਕਣਾ ਹੀ ਬੜਾ ਔਖਾ। ਕਹਿੰਦੇ ਨੇ ਪੁਰ ਪੁਰ ਪੂਰ ਰਹੇ ਸਗਲ ਸੰਸਾਰ ਵਿਖ ਹੈ, ਵੱਸ ਆਵੇ ਕੈਸੇ ਜਾਂਕੂ ਇਤੋਂ ਵਿਸਥਾਰ ਹੈ। ਕਹਿੰਦੇ ਨੇ ਕਿ ਜਿਹਦਾ ਇੰਨਾ ਜ਼ਿਆਦਾ ਵਿਸਥਾਰ ਹੈ ਮਨ ਦਾ, ਉਹ ਵੱਸ ਕਿਵੇਂ ਆ ਸਕਦਾ। ਅਤੇ ਸਤਿਗੁਰੂ ਕਹਿੰਦੇ ਆ ਕਿ ਮਨ ਵੱਸ ਆਵੇ ਨਾਨਕਾ ਜਾਂ ਪੂਰਨ ਕਿਰਪਾ ਹੋਰ। ਇਹ ਨਾਨਕ ਜੀ, ਇਹ ਮਨ ਵੱਸ ਵਿੱਚ ਆ ਸਕਦਾ ਜੇ ਗੁਰੂ ਦੀ, ਰੱਬ ਦੀ ਪੂਰਨ ਕਿਰਪਾ ਹੋਵੇ, ਵਰਨਾ ਇਹ ਮਨ ਵੱਸ ਵਿੱਚ ਨਹੀਂ ਆ ਸਕਦਾ, ਕਿਉਂਕਿ ਖਿੰਡਿਆ ਹੋਇਆ ਬੜਾ। ਇਹਨੇ ਆਪਣੇ ਆਪ ਨੂੰ ਇਤਨਾ ਕੁ ਖਿਲਾਰ ਲਿਆ ਜਿਵੇਂ ਮਨ ਭਾਵ 40 ਕਿਲੋ ਵਜਨ ਖਸ ਖਸ ਦੇ ਅੱਠਾਂ ਦਾਣਿਆਂ ਦੇ ਵਿੱਚ ਖਿਲਰ ਗਿਆ ਹੋਵੇ, ਇੰਨਾ ਜ਼ਿਆਦਾ ਇਹ ਮਨ ਖਿੰਡਿਆ ਹੋਇਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੇ ਰੱਬ ਮਨ ਵਿੱਚ ਵੱਸ ਜਾਵੇ, ਗੁਰੂ ਦੀ ਵਿਚਾਰਧਾਰਾ ਮਨ ਵਿੱਚ ਵੱਸ ਜਾਵੇ, ਤਾਂ ਫਿਰ ਉਹਦੀ ਕਿਰਪਾ ਰਹਿਮਤ ਬਖਸ਼ਿਸ਼ ਹੋ ਸਕਦੀ ਹੈ। ਜਿਵੇਂ ਆਰੰਭ ਵਿੱਚ ਆਪਾਂ ਸਰਵਣ ਕੀਤਾ, ਅਵਲੋਕੋ ਰਾਮ ਕੋ ਮੁਖਾਰ ਬਿੰਦ,
ਫਿਰ ਅਸੀਂ ਇਹਨਾਂ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ, ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰ ਸਕਦੇ ਹਾਂ। ਜੇ ਸਾਡੇ ਹਿਰਦੇ ਵਿੱਚ ਸਤਿਗੁਰੂ ਕਹਿੰਦੇ ਆ ਕਿ ਚਰਨ ਕਮਲ ਹਿਰਦੈ ਧਾਰ ਉਤਰਿਆ ਦੁੱਖ ਮੰਦ, ਕਹਿੰਦੇ ਇਹਦੇ ਨਾਲ ਤੇਰਾ ਬੰਦਾ ਦੁੱਖ ਲੱਥ ਜਾਵੇਗਾ। ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ, ਲੋਕ ਰਾਜ ਭਾਗ ਲੈਣ ਵਾਸਤੇ ਭੱਜੇ ਫਿਰਦੇ ਆ, ਦੌੜੇ ਫਿਰਦੇ ਆ ਚਾਰ ਸਵੇਰੇ ਕਿ ਸਾਨੂੰ ਰਾਜ ਭਾਗ ਮਿਲ ਜਾਵੇ। ਧਨ ਪ੍ਰਾਪਤ ਕਰਨ ਦੀ ਦੌੜ ਰਾਤ ਦਿਨ ਲੱਗੀ ਹੋਈ ਹੈ। ਆ ਜਿਹੜੇ ਕਾਰੋਬਾਰ ਨੇ ਇਹ ਦਿਨੇ ਵੀ ਚੱਲਦੇ ਆ ਅਤੇ ਰਾਤ ਵੀ ਚੱਲਦੇ ਆ, ਕਾਹਦੇ ਵਾਸਤੇ? ਕਿ ਧਨ ਦੀ ਪ੍ਰਾਪਤੀ ਹੋ ਜਾਵੇ। ਅਤੇ ਰਾਜ ਅਤੇ ਧਨ ਕਾਹਦੇ ਵਾਸਤੇ ਚਾਹੀਦਾ? ਪਰਿਵਾਰ ਵਾਸਤੇ। ਇਸ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ? ਪਰਿਵਾਰ। ਹੁਣ ਜਿਹਦਾ ਪਰਿਵਾਰ ਦਾ ਸਿਲਸਿਲਾ ਨਹੀਂ, ਲੋਕ ਪਹਿਲਾਂ ਘਰ ਬਾਰ ਤਿਆਗ ਕੇ ਅਤੇ ਇਸੇ ਗੱਲੋਂ ਭੱਜ ਜਾਂਦੇ ਸੀ ਕਿ ਸਾਰਾ ਝਮੇਲਾ ਹੀ ਖਤਮ ਹੋ ਜਾਏ। ਜੇ ਟੱਬਰ ਹੀ ਨਹੀਂ, ਪਰਿਵਾਰ ਹੀ ਨਹੀਂ, ਤਾਂ ਫਿਰ ਕੀ ਲੋੜ ਹੈ ਕਿਸੇ ਪਾਸੇ ਦੌੜਨ ਭੱਜਣ ਦੀ? ਆਪਣਾ ਗੁਜ਼ਾਰਾ ਤਾਂ ਕਰ ਲਵਾਂਗੇ, ਮੰਗ ਕੇ ਗਿਜਾ ਕਰਕੇ ਦੋ ਚਾਰ ਪ੍ਰਸ਼ਾਦੇ ਛਕਣੇ ਛਕ ਕੇ ਅਤੇ ਬਸ ਸੌ ਰਹਿਣਾ। ਸਤਿਗੁਰੂ ਨੇ ਇਹਦਾ ਜ਼ਿਕਰ ਕੀਤਾ ਬਾਣੀ ਦੇ ਵਿੱਚ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਕਹਿੰਦੇ ਨੇ ਕਿ ਲੋਕ ਕਹਿੰਦੇ ਸੰਨਿਆਸੀ ਹੈ, ਪਰ ਅਸੀਂ ਕੀ ਵੇਖਦੇ ਹਾਂ? ਬਿਪਤਾ ਦਾ ਮਾਰਿਆ ਗ੍ਰਸਤ ਤੋਂ ਭੱਜਿਆ ਕਰਦਾ। ਅਪਦਾ ਬਿਪਤਾ, ਇਹਨੂੰ ਲੱਗਿਆ ਕਿ ਗ੍ਰਸਤ ਮੇਰੇ ਵਾਸਤੇ ਬਿਪਤਾ ਆ, ਮੈਂ ਇਸ ਬਿਪਤਾ 'ਚ ਪੈਣਾ ਹੀ ਨਹੀਂ। ਪਰ ਪਰਿਵਾਰ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਵੀ ਹੈ, ਅਤੇ ਇਹ ਹਰ ਇੱਕ ਜਿਹੜੀ ਵੀ ਜੂਨ ਰੱਬ ਨੇ ਪੈਦਾ ਕੀਤੀ ਹੈ, ਰੱਬ ਦਾ ਨਿਯਮ ਵੀ ਹੈ ਕਿ ਹਰ ਜੀਵ ਆਪਣੇ ਪਰਿਵਾਰ ਨੂੰ, ਆਪਣੀ ਅੰਸ਼ ਨੂੰ ਅੱਗੇ ਵਧਾਵੇ। ਆ ਛੋਟੇ ਛੋਟੇ ਕੀੜੇ ਮਕੌੜੇ, ਪੰਖੇਰੂ, ਇਹ ਵੀ ਇਹ ਕਰਮ ਕਰਦੇ, ਅਤੇ ਇਨਸਾਨ ਦਾ ਵੀ ਫਰਜ਼ ਹੈ ਕਿ ਆਪਣੀ ਉਮਤ ਨੂੰ, ਆਪਣੀ ਨਸਲ ਨੂੰ ਅੱਗੇ ਵਧਾਵੇ। ਕਿਉਂਕਿ ਕੁਦਰਤੀ ਨਿਯਮ ਹੈ, ਰੱਬ ਦਾ ਕਾਨੂੰਨ ਹੈ। ਕਿਉਂਕਿ ਆਪਾਂ ਤਾਂ ਕੁਦਰਤ ਤੋਂ ਸਿੱਖਿਆ ਲੈਣੀ ਹੈ ਨਾ। ਜਿਵੇਂ ਪਸ਼ੂ ਪੰਛੀ ਆਦਿਕ ਵੇਖੋ ਆਪਣੀ ਸੰਤਾਨ ਨੂੰ ਵਧਾਉਂਦੇ ਵੀ ਆ, ਉਹਦੀ ਪਰਵਰਿਸ਼ ਵੀ ਕਰਦੇ ਆ, ਅਤੇ ਉਹਦੇ ਬਦਲੇ ਜਦੋਂ ਜਦ ਸੰਘਰਸ਼ ਵੀ ਕਰਦੇ ਆ। ਇੱਕ ਛੋਟੀ ਜਿਹੀ ਚਿੜੀ ਹੁੰਦੀ ਆ, ਅਤੇ ਆਪਣੇ ਬੱਚਿਆਂ ਦੀ ਖਾਤਰ ਵੱਡੇ ਤੋਂ ਵੱਡੇ ਜਾਨਵਰ, ਕਾਂ ਵਰਗੇ ਭਾਰੇ ਜਾਨਵਰ, ਆਪਣੇ ਤੋਂ ਕਈ ਗੁਣਾ ਵੱਧ ਤਾਕਤ ਵਾਲੇ, ਵੱਡੇ ਆਕਾਰ ਵਾਲੇ ਦੇ ਨਾਲ ਵੀ ਭਿੜ ਜਾਂਦੀ ਹੈ। ਹੁਣ ਸਾਨੂੰ ਤਾਂ ਹੋਊਗਾ ਅਸੀਂ ਆਪਣੀ ਔਲਾਦ ਨੂੰ ਪੜ੍ਹਾ ਲਿਖਾ ਕੇ ਕਿਸੇ ਉੱਚੇ ਅਹੁਦੇ 'ਤੇ ਪਹੁੰਚਾਉਣਾ ਆ, ਮੁੜ ਕੇ ਬਾਅਦ 'ਚ ਮਰੇਪੇ ਦਾ ਸਹਾਰਾ ਬਣੇਗਾ। ਉਹਨਾਂ ਨੂੰ ਤਾਂ ਇਹ ਵੀ ਨਹੀਂ ਹੈਗੀ ਆਸ, ਬਸ ਪਾਲਿਆ ਜਿੰਨਾ ਚਿਰ ਉਹ ਆਪ ਨਹੀਂ ਚੁੱਕ ਸਕਦਾ, ਉਹਦੇ ਤੋਂ ਬਾਅਦ ਨਹੀਂ ਕੋਈ ਵੀ ਉਹਦਾ ਸਹਾਰਾ। ਜਦੋਂ ਉਹ ਬੱਚਾ ਆਪ ਚੁੱਕਣ ਲੱਗ ਜਾਂਦਾ ਹੈ, ਫਿਰ ਉਹਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ। ਪਰ ਜਿੰਨਾ ਚਿਰ ਉਹ ਨਹੀਂ ਚੁੱਕ ਸਕਦਾ, ਉਹਨਾਂ ਚਿਰ ਸੰਘਰਸ਼ ਹੈ, ਹਰ ਵੱਡੇ ਜਾਨਵਰ ਨਾਲ ਲੜਾਈ, ਹੋਰ ਨਹੀਂ ਕੁਛ, ਤਾਂ ਸ਼ੋਰ ਸ਼ਰਾਬਾ ਤਾਂ ਕਰਦੇ ਹੀ ਹੈ। ਸੋ ਕਹਿਣ ਤੋਂ ਭਾਵ ਕਿ ਪਰਿਵਾਰ ਤੋਂ ਦੌੜਿਆਂ ਭੱਜਿਆਂ ਧਰਮ ਨਹੀਂ ਕਮਾਇਆ ਜਾ ਸਕਦਾ। ਇਹ ਵੀ ਸਾਡੇ ਫਰਜ਼ ਨੇ ਜਿਹੜੇ ਅਸੀਂ ਨਿਭਾਉਂਦੇ ਹਾਂ ਰੱਬ ਦੇ ਪਿਆਰਿਆਂ ਵਾਸਤੇ। ਸਤਿਗੁਰੂ ਕਹਿੰਦੇ ਆ ਕਿ ਰਾਜ ਧਨ ਪਰਿਵਾਰ ਮੇਰਾ, ਮੇਰੇ ਵਾਸਤੇ ਮੇਰਾ ਰਾਜ ਧਨ ਪਰਿਵਾਰ ਕੀ ਹੈ? ਸਰਬ ਸੋ ਗੋਬਿੰਦ,
ਮੈਨੂੰ ਸਾਰਿਆਂ ਦੇ ਵਿੱਚ ਗੋਬਿੰਦ ਨਜ਼ਰ ਆਉਂਦਾ, ਰੱਬ ਨਜ਼ਰ ਆਉਂਦਾ। ਤਾਂ ਹੀ ਰਾਜੇ ਜਨਕ ਵਰਗੇ ਹਲੇਮੀ ਰਾਜ ਕਰਨ ਵਾਲੇ ਧਰਮ ਦਾ ਐਸਾ ਵਧੀਆ ਰਾਜ ਕਰ ਜਾਂਦੇ ਆ ਕਿ ਗੁਰਬਾਣੀ ਵਿੱਚ ਸਤਿਗੁਰੂ ਦਾ ਜ਼ਿਕਰ ਕਰ ਦਿੰਦੇ ਕਿ ਵੱਡਾ ਧਰਮੀ ਰਾਜਾ ਰਾਜਾ ਜਨਕ ਹੋਇਆ ਹੈ। ਅਤੇ ਰਾਜਾ ਹੀ ਸੀ ਉਹ ਵੀ, ਅਤੇ ਰਾਜੇ ਚੰਗੇਜ਼ ਖਾਨ ਵਰਗੇ ਵੀ ਹੋਏ ਆ, ਔਰੰਗਜ਼ੇਬ ਵਰਗੇ ਵੀ ਹੋਏ ਆ, ਜਿਹੜੇ ਬੜੇ ਅੱਤ ਦੇ ਮਤਸਬੀ ਅਤੇ ਬਹੁਤ ਜ਼ਿਆਦਾ ਜ਼ਾਲਮ ਬਿਰਤੀ ਵਾਲੇ ਸਨ, ਜਿਨ੍ਹਾਂ ਨੇ ਬੜੇ ਜ਼ੁਲਮ ਕੀਤੇ, ਕਿਉਂਕਿ ਉਹਨਾਂ ਨੂੰ ਪਰਜਾ ਵਿੱਚੋਂ ਰੱਬ ਪਰਮਾਤਮਾ ਨਜ਼ਰ ਨਹੀਂ ਆਉਂਦਾ। ਜੇ ਰੱਬ ਦੇ ਭਾਉ ਵਾਲਾ ਰਾਜਾ ਬਣੇਗਾ ਨਾ, ਤਾਂ ਉਹ ਰੱਬੀ ਰਹਿਮਤ ਨੂੰ ਵਧਾਉਣ ਦਾ ਅਤੇ ਰੱਬੀ ਪਿਆਰਿਆਂ ਨੂੰ ਸੁੱਖ ਦੇਣ ਦਾ ਯਤਨ ਕਰੇਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨਾ ਲਵਾਇਆ, ਉਹਦੇ ਨਾਲੋਂ ਕਈ ਗੁਣਾ ਵੱਧ ਉਹਨੇ ਹਿੰਦੂ ਮੰਦਰਾਂ ਦੇ ਉੱਤੇ ਸੋਨਾ ਲਵਾਇਆ। ਕਿਉਂਕਿ ਅੰਦਰ ਰੱਬ ਹੈ, ਪਰਮਾਤਮਾ ਹੈ, ਪਰਮਾਤਮਾ ਦਾ ਭਾਉ ਹੈ, ਇੱਥੇ ਬਸ ਨਹੀਂ ਮਸਜਿਦਾਂ ਬਣਵਾਈਆਂ, ਮਸੀਤਾਂ ਬਣਵਾ ਕੇ ਦਿੱਤੀਆਂ, ਅੱਜ ਵੀ ਉਹ ਮੌਜੂਦ ਨੇ ਇਸ ਧਰਤੀ ਦੇ ਉੱਤੇ। ਸਾਰਾ ਕੁਛ ਮੌਜੂਦ ਹੈ ਜੋ ਉਹਨਾਂ ਨੇ ਆਪਣੇ ਰਾਜ ਭਾਗ ਦੇ ਸਮੇਂ ਉੱਤੇ ਸਮੇਂ ਦੇ ਦੌਰਾਨ ਬਣਾਇਆ। ਇੱਥੋਂ ਤੱਕ ਕਿ ਉਸ ਰਾਜ ਦੇ ਵਿੱਚ 87% ਪੜ੍ਹੇ ਲਿਖੇ ਲੋਕ ਸਨ, ਅੱਜ ਨਹੀਂ ਹੈਗੇ। ਜੇ ਆਪਣੇ ਸਮਾਜ ਵੱਲ ਆਪਾਂ ਝਾਤੀ ਮਾਰੀਏ ਨਾ, ਅਤੇ ਮਸਾਂ ਹੀ 50% ਦੇ ਲਾਗੇ ਲਾਗੇ ਭਾਵੇਂ ਪੜ੍ਹੇ ਲਿਖੇ ਹੋਣ, ਅਬਲ ਤਾਂ ਇੰਨੇ ਵੀ ਨਹੀਂ। ਉਸ ਸਮੇਂ 100 ਚੋਂ 87 ਬੰਦੇ ਪੜ੍ਹੇ ਲਿਖੇ ਸਨ, ਫਾਰਸੀ ਪੜ੍ਹੇ, ਕਿਉਂਕਿ ਉਸ ਸਮੇਂ ਦੀ ਜਿਹੜੀ ਮੁੱਖ ਭਾਸ਼ਾ ਸੀ ਉਹ ਫਾਰਸੀ ਸੀ। ਅਤੇ ਉਹਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਕਿਹਨਾਂ ਦੀ ਸੀ? ਪਿੰਡਾਂ ਦੇ ਨੰਬਰਦਾਰਾਂ ਦੀ, ਚੌਧਰੀਆਂ ਦੀ, ਜਿਹੜੇ ਪਿੰਡਾਂ ਦੇ ਮੁਖੀ ਹੋਇਆ ਕਰਦੇ ਸਨ, ਉਹਨਾਂ ਦੀਆਂ ਡਿਊਟੀਆਂ ਲਵਾਈਆਂ ਸਨ ਕਿ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਪੜ੍ਹਾਉਣਾ। ਠੀਕ ਹੈ, ਧਾਰਮਿਕ ਸਥਾਨਾਂ 'ਤੇ ਪੜ੍ਹਾਇਆ ਜਾਂਦਾ ਸੀ, ਮਦਰੱਸੇ ਸਨ ਗੁਰਦੁਆਰਿਆਂ ਦੇ ਵਿੱਚ, ਮਦਰੱਸਿਆਂ ਦੇ ਵਿੱਚ, ਇਸੇ ਤਰ੍ਹਾਂ ਧਰਮਸ਼ਾਲਾ ਦੇ ਵਿੱਚ ਪੜ੍ਹਨ ਦਾ ਪ੍ਰਬੰਧ ਸੀ। ਸਕੂਲ, ਕਾਲਜ, ਯੂਨੀਵਰਸਿਟੀਆਂ ਅੱਜ ਵਾਂਗ ਨਹੀਂ ਸਨ, ਅੱਜ ਤਾਂ ਬਹੁਤ ਕੁਛ ਹੈ। ਅਤੇ ਅੱਜ ਜੇ ਕੋਈ 40-50% ਪੜ੍ਹੇ ਲਿਖੇ ਹੈਨ ਵੀ ਨੇ, ਤਾਂ ਫਿਰ ਵੀ ਉਸ ਸਮੇਂ ਦਾ ਮੁਕਾਬਲਾ ਨਹੀਂ। ਫਿਰ ਇੱਕ ਪਰਚਾ ਰੱਖਿਆ ਜਾਂਦਾ ਸੀ, ਤਿਮਾਹੀ ਦਾ, ਛਮਾਹੀ ਦਾ, ਸਾਲਾਨਾ ਪਰਚਾ ਰੱਖਦੇ ਸਨ। ਅਤੇ ਹਰ ਇਲਾਕੇ ਦੇ ਵਿੱਚੋਂ ਪਰਖ ਕੀਤੀ ਜਾਂਦੀ ਸੀ ਕਿ ਲੋਕ ਪੜ੍ਹਾਈ ਵਿੱਚ ਕਿਤਨੇ ਕੁ ਅੱਗੇ ਨੇ। ਜਦੋਂ ਅੰਗਰੇਜ਼ ਇਸ ਧਰਤੀ ਉੱਤੇ ਆਏ, ਉਹਨਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ, ਤਾਂ ਸਭ ਤੋਂ ਬਾਅਦ ਵਿੱਚ ਲਗਭਗ ਹਿੰਦੁਸਤਾਨ ਤੋਂ 100 ਸਾਲ ਬਾਅਦ ਪੰਜਾਬ ਗੁਲਾਮ ਹੋਇਆ। ਉਹਨਾਂ ਨੇ ਕਾਰਨ ਲੱਭੇ ਕਿ ਇਹਨਾਂ ਦੇ ਗੁਲਾਮ, ਦੇਰ ਨਾਲ ਗੁਲਾਮ ਹੋਣ ਦੇ ਕਾਰਨ ਕੀ ਨੇ, ਤਾਂ ਉਹਨਾਂ ਵੇਖਿਆ ਕਿ ਇਹਨਾਂ ਦੇ ਪੜ੍ਹਾਈ ਦਾ ਮਿਆਰ ਬੜਾ ਉੱਚਾ, ਵਿੱਦਿਆ ਦਾ ਮਿਆਰ। ਅਤੇ ਅੰਗਰੇਜ਼ ਨੇ ਫਿਰ ਆਪਣੇ ਵਿਦਵਾਨ ਬੁਲਾਏ, ਉਹਨਾਂ ਨੇ ਆਖਿਆ ਕਿ ਇਹਨਾਂ ਨੂੰ ਪੜ੍ਹਾਈ ਵਿੱਚ ਕਿਵੇਂ ਪਛਾੜਿਆ ਜਾਵੇ, ਪਹਿਲੇ ਨੰਬਰ 'ਤੇ ਇਹਨਾਂ ਨੂੰ ਹਥਿਆਰਾਂ ਤੋਂ ਰਹਿਤ ਕੀਤਾ ਜਾਵੇ, ਸ਼ਸਤਰਹੀਣ ਹੈ। ਤਾਂ ਇੱਕ ਬੰਦੇ ਨੇ ਜ਼ਿੰਮੇਵਾਰੀ ਲਈ, ਉਹ ਕਹਿੰਦਾ ਕਿ ਮੈਨੂੰ 50 ਸਾਲ ਲੱਗਣਗੇ ਇਹਨਾਂ ਨੂੰ ਪਿੱਛੇ ਸੁੱਟਣ ਵਾਸਤੇ। ਇੱਕ ਐਲਾਨ ਕਰਵਾਇਆ ਗਿਆ ਕਿ ਜਿਹੜਾ ਆਪਣੀ ਰਾਈਫਲ ਜਾਂ ਹਥਿਆਰ ਜਮ੍ਹਾਂ ਕਰਾਵੇਗਾ ਸਰਕਾਰ ਦੇ ਕੋਲ, ਉਹਨੂੰ 2 ਪੈਸੇ ਦਿੱਤੇ ਜਾਣਗੇ, ਰੁਪਈਏ ਕਹਿ ਲਓ,
ਅਤੇ ਜਿਹੜਾ ਆਪਣੇ ਘਰ ਦੇ ਵਿੱਚੋਂ ਕਾਇਦਾ ਜਮ੍ਹਾਂ ਕਰਵਾਵੇਗਾ ਜਿਹਦੇ ਤੋਂ ਪੜ੍ਹਦਾ ਆ ਉਹਨੂੰ 5 ਰੁਪਈਏ ਦਿੱਤੇ ਜਾਣਗੇ। ਭਾਵ ਰਫਲ ਨਾਲੋਂ ਵੀ ਜ਼ਿਆਦਾ ਕੀਮਤ ਕਾਇਦਾ ਜਮ੍ਹਾਂ ਕਰਵਾਉਣ ਦੀ। ਕਿਉਂ? ਜਿੱਦਾਂ ਆਪਾਂ ਰੱਦੀ ਵੇਚ ਦਿੰਦੇ ਨਾ, ਕਈ ਵਾਰ ਹੈਰਾਨੀ ਹੁੰਦੀ ਹੈ, ਕਬਾੜੀ ਵੀਰ ਨਾ ਕਈ ਵਾਰ ਗੁਟਕਾ ਸਾਹਿਬ ਵੀ ਦੇ ਜਾਂਦੇ, ਸਾਖੀਆਂ ਦੇ ਜਾਂਦੇ ਆ, ਘਰਾਂ ਦੇ ਵਿੱਚੋਂ ਲੋਕ ਅਗਿਆਨਤਾ ਵੱਸ ਕਹਿ ਲਓ ਰੱਦੀ 'ਚ ਦੇ ਦਿੰਦੇ। ਕਿੰਨੇ ਮਾੜੇ ਭਾਗ ਜਿਹੜੀ ਗੁਰਬਾਣੀ ਨੂੰ, ਜਿਹੜੀਆਂ ਸਾਖੀਆਂ ਨੂੰ ਸਾਨੂੰ ਸ਼ਿੰਗਾਰ ਕੇ ਆਪਣੀਆਂ ਅੰਗੀਠੀਆਂ ਉੱਤੇ ਰੱਖਣਾ ਚਾਹੀਦਾ ਪੂਰੇ ਸਤਿਕਾਰ ਦੇ ਨਾਲ, ਉਹ ਕਬਾੜ ਵਾਲਿਆਂ ਨੂੰ ਦੇ ਦਿੰਦੇ। ਉਹ ਕਹਿੰਦੇ ਅਸੀਂ ਫਿਰ ਲੈ ਲੈਂਦੇ ਹਾਂ ਕਿ ਅਸੀਂ ਨਾ ਲਾਹਾਂਗੇ ਤਾਂ ਹੋਰ ਲੈ ਲਊਗਾ, ਜਾ ਕੇ ਐਵੇਂ ਰੱਦੀ ਵੀ ਸੁੱਟ ਦੂ ਨਿਰਾਦਰ ਹੋਵੇਗਾ। ਉਹ ਕਈ ਵਾਰ ਸਾਡੇ ਕੋਲ ਬਹੁਤ ਪਏ ਇੱਦਾਂ ਦੇ, ਕਿਰਪਾਨਾਂ ਦੇ ਦਿੰਦੇ ਆ, ਇੱਥੋਂ ਤੱਕ ਕਿ ਚਲੋ ਵੱਡੀ ਕਿਰਪਾਨ ਤਾਂ ਮੰਨਿਆ ਕਿ ਕਈ ਕਹਿ ਦਿੰਦੇ ਇਹਦਾ ਕੀ ਲੋੜ ਹੈ ਘਰ ਦੇ ਵਿੱਚ, ਆ ਜਿਹੜੀਆਂ ਗਾਤਰੇ ਪਾਉਣੇ ਆ ਨਾ ਸ਼੍ਰੀ ਸਾਹਿਬ, ਇਹ ਵੀ ਕਬਾੜ 'ਚ ਦੇ ਦਿੰਦੇ, ਬਹੁਤ ਨੇ ਸਾਡੇ ਕੋਲ ਦੀਆਂ। ਅਤੇ ਵੈਸੇ ਧੰਨਵਾਦ ਹੈ ਉਹਨਾਂ ਵੀਰਾਂ ਦਾ ਜਿਨ੍ਹਾਂ ਨੂੰ ਸੋਝੀ ਹੈ, ਜਿਹੜੇ ਇਸ ਤਰੀਕੇ ਨਾਲ ਲੈਂਦੇ, ਇਸ ਭਾਵਨਾ ਨਾਲ ਲੈਂਦੇ ਆ ਕਿ ਇਹਨਾਂ ਦਾ ਨਿਰਾਦਰ ਹੋਵੇਗਾ। ਇੱਥੇ ਵੀ ਹੋ ਰਿਹਾ, ਜੇ ਕੋਈ ਗਲਤ ਬੰਦਾ ਲੈ ਗਿਆ ਤਾਂ ਉਹ ਵੀ ਨਿਰਾਦਰ ਕਰ ਸਕਦਾ। ਸੋ ਕਾਇਦਾ ਜਮ੍ਹਾਂ ਕਰਵਾਉਣ ਦੇ ਜ਼ਿਆਦਾ ਪੈਸੇ ਉਹਨਾਂ ਨੇ ਰੱਖੇ, ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਕਾਇਦੇ ਜਿਹੜੇ ਆ ਉਹ ਦੂਰ ਕਰ ਦੇਣ, ਅਤੇ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਪੜ੍ਹਨ ਨਾ। ਉਹਨਾਂ ਨੇ ਜਦੋਂ ਉਸ ਕਾਇਦੇ ਨੂੰ ਪੜ੍ਹਿਆ ਅੰਗਰੇਜ਼ਾਂ ਨੇ, ਉਹਨਾਂ ਨੇ ਮਹਿਸੂਸ ਕੀਤਾ ਕਿ ਸਾਡੀ ਪੜ੍ਹਾਈ ਜਿਹੜੀ ਹੈ ਇਹ ਤਾਂ ਬੜੀ ਪਿੱਛੇ ਇਹਨਾਂ ਦੇ ਨਾਲ। ਉਹਨਾਂ ਨੇ ਸਾਰੇ ਕਾਇਦੇ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ, ਸਾੜ ਦਿੱਤਾ। ਅਤੇ ਅੱਜ ਜਿਹੜੀਆਂ ਵੱਡੀਆਂ ਵੱਡੀਆਂ ਗੋਰਿਆਂ ਦੀਆਂ ਯੂਨੀਵਰਸਿਟੀਆਂ, ਖਾਸ ਕਰਕੇ ਜਿਹੜੇ ਦੁਨੀਆ ਦਾ ਸਰਪੰਚ ਹੋਣ ਵਾਲੇ ਦੇਸ਼ ਨੇ, ਵੱਡੇ ਵੱਡੇ ਦੇਸ਼ ਜਿੱਥੇ ਸਾਡੇ ਬੱਚੇ ਪੜ੍ਹਨ ਜਾਂਦੇ ਆ, ਉਹ ਵਿੱਦਿਆ ਦੀ ਨੀਤੀ ਜਿਹੜੀ ਉਹਨਾਂ ਨੇ ਆਪਣੇ ਦੇਸ਼ਾਂ ਵਿੱਚ ਲਾਗੂ ਕੀਤੀ, ਜਿਹੜੀ ਕਿਸੇ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲਾਗੂ ਹੁੰਦੀ ਸੀ ਅਤੇ ਪੜ੍ਹਾਉਣ ਵਾਸਤੇ। ਸੋਚੋ ਕਿੰਨਾ ਵਧੀਆ ਰਾਜ ਹੋਵੇਗਾ, ਜਿੱਥੇ ਅਮੀਰੀ ਵੀ ਬਹੁਤ ਹੈ, ਧਨ ਵੀ ਬਹੁਤ ਹੈ, ਜਿੱਥੇ ਨਿਆਂ ਐਸਾ ਆ ਕਿ ਉੱਥੇ ਕੋਈ ਜੇਲ੍ਹਖਾਨਾ ਹੀ ਨਹੀਂ ਹੈ, ਕੋਈ ਜੇਲ੍ਹਖਾਨਾ ਨਹੀਂ ਸੀ, ਅਤੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਵੀ ਨਹੀਂ ਸੀ ਦਿੱਤੀ ਗਈ, ਇੱਕ ਵੀ ਮੌਤ ਦੀ ਸਜ਼ਾ ਨਹੀਂ। ਕਿੱਡਾ ਵਧੀਆ ਰਾਜ ਹੋਵੇਗਾ, ਅਤੇ ਪੜ੍ਹੇ ਲਿਖੇ ਲੋਕ 100 ਚੋਂ 87। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿ ਜਿਹੜਾ ਰੱਬ ਦੇ ਨਾਲ, ਪਰਮਾਤਮਾ ਨਾਲ ਜੁੜ ਜਾਂਦਾ ਨਾ, ਉਹ ਆਪਣੇ ਰਾਜ ਭਾਗ ਦੇ ਵਿੱਚੋਂ ਵੀ ਰੱਬ ਦੀ ਰਹਿਮਤ ਵੇਖਣਾ ਚਾਹੁੰਦਾ, ਅਤੇ ਰੱਬ ਦੀ ਰਹਿਮਤ ਤਾਂ ਹੀ ਨਜ਼ਰ ਆਵੇਗੀ ਜੀ ਉਹ ਆਪ ਰੱਬੀ ਨਿਯਮ ਦੇ ਨਾਲ ਜੁੜਿਆ ਹੋਵੇਗਾ, ਰੱਬੀ ਕਾਨੂੰਨਾਂ ਨਾਲ ਜੁੜਿਆ ਹੋਵੇਗਾ। ਅਤੇ ਜੇ ਉਹ ਆਪ ਰੱਬ ਦੇ ਭਾਉ ਤੋਂ ਬਾਹਰ ਆਇਆ, ਦੂਰ ਆ, ਤਾਂ ਉਹ ਕਦੇ ਹਲੇਮੀ ਰਾਜ ਨਹੀਂ ਦੇ ਸਕਦਾ। ਸਤਿਗੁਰੂ ਕਹਿੰਦੇ ਆ ਕਿ ਮੇਰੇ ਵਾਸਤੇ ਮੇਰਾ ਰਾਜ ਭਾਗ, ਮੇਰਾ ਧਨ, ਮੇਰਾ ਪਰਿਵਾਰ ਕੀ ਹੈ? ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ, ਮੇਰੇ ਵਾਸਤੇ ਸਭੋ ਗੋਬਿੰਦ ਹੀ ਗੋਬਿੰਦ ਹੈ। ਮੈਂ ਐਵੇਂ ਦਰਸ਼ਨ ਨਹੀਂ ਕਰ ਰਿਹਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਸਾਰੇ ਪਾਸਿਓਂ ਦਿਸਦਾ ਹੈ ਉਹ ਰੱਬ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਸੋ ਸਤਿਗੁਰੂ ਪਾਤਸ਼ਾਹ ਵੀ ਬਖਸ਼ਿਸ਼ ਕਰਦੇ ਨੇ, ਸਾਧ ਸੰਗਮ ਲਾਭ ਪਾਇਓ। ਕਹਿੰਦੇ ਨੇ ਕਿ ਇਹ ਲਾਭ ਜੇ ਕੋਈ ਲੈਣਾ ਚਾਹੁੰਦਾ, ਕਿ ਉਹ ਫਿਰ ਸਾਡੇ ਮਨ ਦੀ ਵੀ ਭਾਵਨਾ ਬਣ ਸਕਦੀ ਹੈ ਨਾ ਕਿ ਇਹ ਲਾਭ ਸਾਨੂੰ ਵੀ ਮਿਲ ਜਾਵੇ। ਰੱਬ ਦੇ ਦਰਸ਼ਨਾਂ ਤੋਂ ਵੱਡਾ ਫਲ ਹੋਰ ਕੋਈ ਨਹੀਂ। ਜਿਹਨੂੰ ਰੱਬ ਦੇ ਦਰਸ਼ਨ ਚਾਹੀਦੇ ਆ ਤਾਂ ਫਿਰ ਯਤਨ ਵੀ ਕਰਨਾ ਪਵੇਗਾ, ਅਤੇ ਯਤਨ ਕਹਿੰਦੇ ਨੇ ਕਿ ਸਾਧ ਸੰਗਮ ਲਾਭ ਪਾਇਓ। ਸਾਧ ਸੰਗਮ ਤੋਂ ਭਾਵ ਹੈ ਗੁਰੂ ਕੀ
ਸਾਧ ਸੰਗਤ। ਸੰਗਮ ਤੋਂ ਭਾਵ ਹੁੰਦਾ ਮੇਲ ਮਿਲਾਪ, ਜਿੱਥੇ ਸਾਧਾਂ ਦਾ ਸੰਗਮ ਹੁੰਦਾ, ਜਿੱਥੇ ਗੁਰੂ ਕੀ ਸੰਗਤ ਮਿਲ ਬੈਠਦੀ ਹੈ ਉਹਨੂੰ ਕਿਹਾ ਜਾਂਦਾ ਹੈ ਸਾਧ ਸੰਗਮ। ਸਤਿਗੁਰੂ ਕਹਿੰਦੇ ਆ ਕਿ ਇਹ ਜੇ ਲਾਭ ਲੈਣਾ ਆ ਨਾ, ਐਸੀ ਬਿਰਤੀ ਦੇ ਧਾਰਨੀ ਬਣਨਾ ਹੈ ਤਾਂ ਇਹ ਸਾਧ ਸੰਗਤ ਦੇ ਵਿੱਚੋਂ ਹੀ ਹੋ ਸਕਦਾ ਆ। ਗੁਰਦੇਵ ਬਖਸ਼ਿਸ਼ ਕਰਦੇ ਨੇ ਸਾਧ ਸੰਗਮ ਲਾਭ ਪਾਇਓ, ਕੀ ਲਾਭ ਪ੍ਰਾਪਤ ਹੋਵੇਗਾ, ਨਾਨਕ ਫਿਰ ਨਾ ਮਰੰਦ। ਇਹ ਨਾਨਕ ਜੀ ਫਿਰ ਕਦੇ ਵੀ ਆਤਮਕ ਮੌਤ ਨਹੀਂ ਆਵੇਗੀ, ਕਿਉਂਕਿ ਉਦਾਂ ਸਾਨੂੰ ਆਤਮਕ ਮੌਤ ਤੋਂ ਕੋਈ ਨਹੀਂ ਬਚਾ ਸਕਦਾ। ਸਰੀਰਕ ਮੌਤ ਤੋਂ ਵੀ ਭੈੜੀ ਹੈ ਆਤਮਕ ਮੌਤ। ਜਦੋਂ ਇਨਸਾਨ ਦੀ ਜ਼ਮੀਰ ਮਰ ਜਾਂਦੀ ਹੈ, ਆਤਮਾ ਮਰ ਜਾਂਦੀ ਹੈ, ਅੰਦਰ ਕੋਈ ਪਰਮਾਤਮਾ ਦਾ ਭਾਉ ਨਹੀਂ ਰਹਿ ਜਾਂਦਾ, ਤਾਂ ਉਹ ਪ੍ਰਕਿਰਤਕ ਸਰੀਰਕ ਮੌਤ ਤੋਂ ਵੀ ਭੈੜੀ ਮੌਤ ਹੈ। ਸੋ ਸਤਿਗੁਰੂ ਕਹਿੰਦੇ ਆ ਕਿ ਜਿਹੜਾ ਸਾਧ ਸੰਗਮ ਵਿੱਚ ਆ ਜਾਂਦਾ ਹੈ, ਗੁਰੂ ਕੀ ਸੰਗਤ ਵਿੱਚ ਆ ਜਾਂਦਾ ਆ, ਸਾਧ ਸੰਗਮ ਲਾਭ ਪਾਇਓ, ਨਾਨਕ ਫਿਰ ਨਾ ਮਰੰਦ। ਜੇ ਸਦ ਜੀਵਨ ਲੋੜਦੇ ਹਾਂ, ਚਾਹੁੰਦੇ ਹਾਂ ਕਿ ਸਾਨੂੰ ਵੀ ਸਦੀਵ ਕਾਲ ਵਾਲਾ ਜੀਵਨ ਮਿਲ ਜਾਵੇ, ਤਾਂ ਸਾਧ ਸੰਗਮ ਦਾ ਹਿੱਸਾ ਬਣਨਾ ਪਵੇਗਾ। ਕਹਿਣ ਤੋਂ ਭਾਵ ਕਿ ਜਿੱਥੇ ਗੁਰੂ ਦੇ ਪਿਆਰੇ ਮਿਲ ਬੈਠਦੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਮੁਬਾਰਕ ਪ੍ਰਕਾਸ਼ ਹੁੰਦਾ ਆ, ਉੱਥੇ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਬਿਰਤੀ ਬਣਾਈਏ ਕਿ ਅਸੀਂ ਵੱਧ ਤੋਂ ਵੱਧ ਇੱਥੇ ਬੈਠ ਸਕੀਏ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਹ ਅੱਜ ਦੀ ਪਾਵਨ ਪਵਿੱਤਰ ਵਿਚਾਰ ਜੋ ਆਪਾਂ ਸਰਵਣ ਕੀਤੀ ਹੈ, ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ, ਤਾਂ ਹੀ ਸਾਡੇ ਲੋਕ ਸੁਖੀਏ ਪਰ ਲੋਕ ਸੇਵੇ ਹੋ ਸਕਦੇ ਆ। ਸੋ ਆਓ ਗੁਰੂ ਸਵਾਰਿਓ, ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ ਰਾਜ ਧਨ ਪਰਵਾਰ ਮੇਰਾ ਸਰਬ ਸੋ ਗੋਬਿੰਦ, ਸਾਧ ਸੰਗਮ ਲਾਭ ਪਾਇਓ, ਨਾਨਕ ਫਿਰ ਨਾ ਮਰੰਦ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਆਈ ਹੋਈ ਸੰਗਤ ਦਾ ਕਦਮ ਕਦਮ ਸਤਿਗੁਰੂ ਪਾਤਸ਼ਾਹ ਲੇਖੇ ਵਿੱਚ ਲਾਉਣ, ਆਪਣੇ ਦਰੋਂ ਕਰੋਂ ਗੁਰਸਿੱਖੀ, ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ ਜੀ। ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਣਿਆ ਰਹੇ, ਤਾਂ ਹੀ ਸਾਡੇ ਲੋਕ ਸੁਖੀਏ ਪਰ ਲੋਕ ਸੇਲੇ ਹੋ ਸਕਦੇ ਆ। ਸੋ ਆਓ ਗੁਰੂ ਸਵਾਰਿਓ, ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਈਏ। ਸਾਰੀ ਸੰਗਤ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।